गुड मॉर्निंग क्लब फरीदकोट वालों जिथे हर रोज़ सवेरे कसरत अते योगा कीता जांदा है उत्थे हर एतवार सारे मैंबर्स रल मिल के इंजॉयमेंट पार्टी वगैरह करते हैं। यह क्लब 15 to 20 साल तो चलता आ रहा है। इस क्लब का मकसद यह है कि इस दुख सुख अते दौड़ भज वाली जिंदगी तो अलग कुछ अजिहा समा कढ़ना चाहिदा है जिस विच सारे दुख सुख भुल के एक सिंपल वक्री जिंदगी फ्री माइंडड जीनी चाहिदी है। इस तरीके नाल कई बार टेंशन तो रहित हो के कई बार काफ़ी रोग भी ठीक हो जाते हैं। इस क्लब विच 30-35 वीर वालों रल मिल के इंजॉयमेंट किया जाता है। इस विच जिवें कोई किसी का जन्मदिन होवे या कोई भी खुशी का मौका होवे उसकी पार्टी भी इन्हां वीरां वल्लों रल मिल के कीती जांदी है। इस तरीके नाल इह क्लब काफ़ी समय तो चलता आ रहा है। ਸਤਿ ਸ਼੍ਰੀ ਅਕਾਲ ਵੱਲੋਂ ਸਾਰਿਆਂ ਨੂੰ। ਅਸੀਂ 15-20 ਸਾਲ ਤੋਂ ਇੱਥੇ ਫਣ ਕਰ ਰਹੇ ਹਾਂ ਅਤੇ ਜੋ ਅੱਜ ਬਾਈ ਜੀ ਆਏ ਆ ਸਾਡੀ ਇੰਟਰਵਿਊ ਕਰਨ, ਅਸੀਂ ਇਹਨਾਂ ਦਾ ਵੀ ਸ਼ੁਕਰੀਆ ਕਰਦੇ ਹਾਂ। ਬਾਕੀ ਆ ਸਾਡੇ ਮੈਂਬਰਾਂ ਨੇ ਪਹਿਲਾਂ ਦੱਸ ਦਿੱਤਾ ਵੀ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਆ। ਅੱਜ ਹੁਣ ਕਹਿ ਰਹੇ ਵੀ ਮੀਂਹ ਬਹੁਤ ਜ਼ਿਆਦਾ ਪੈ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਅਸੀਂ ਪਹਾੜਾਂ 'ਚ ਤਾਂ ਜਾ ਨਹੀਂ ਸਕਦੇ, ਅਸੀਂ ਹਿਮਾਚਲ ਦੀ ਫੀਲਿੰਗ ਇੱਥੇ ਹੀ ਲੈ ਰਹੇ ਹਾਂ। ਇਸੇ ਕਰਕੇ ਅਸੀਂ ਮਤਲਬ ਇੱਥੇ ਰੋਜ਼ਾਨਾ ਹੀ ਆਉਂਦੇ ਹਾਂ। ਰੋਜ਼ਾਨਾ ਚਾਹ ਪਾਣੀ ਦੀ ਪਾਰਟੀ ਤਾਂ ਤੁਹਾਨੂੰ ਜਿਵੇਂ ਗੌਤਮ ਜੀ ਨੇ ਪਹਿਲਾਂ ਦੱਸਿਆ ਹੁੰਦੀ ਹੋਈ ਆ, ਅਤੇ ਜਦੋਂ ਕਿਸੇ ਨੂੰ ਪਰਮਾਤਮਾ ਖੁਸ਼ੀਆਂ ਬਖਸ਼ਦਾ ਅਸੀਂ ਉਹ ਵੀ ਇੱਥੇ ਰਲ ਕੇ ਸਾਂਝੀਆਂ ਕਰਦੇ ਹਾਂ। ਅਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਵੀ ਇਹੀ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਵੀ ਇਸ ਤਰ੍ਹਾਂ ਦੀਆਂ ਕਲੱਬਾਂ ਦੇ ਵਿੱਚ ਹਿੱਸਾ ਲਵੋ, ਇਸ ਤਰ੍ਹਾਂ ਦੀਆਂ ਖੁਸ਼ੀਆਂ ਰਲ ਕੇ ਸਾਂਝੀਆਂ ਕਰੋ ਅਤੇ ਤੁਸੀਂ ਬਿਮਾਰੀਆਂ ਤੋਂ ਬਚ ਰਹੋਗੇ। ਅੱਜ ਤੁਸੀਂ ਇੱਥੇ ਜੁੜੇ ਹੋ, ਤੁਸੀਂ ਇਸ ਟੀਮ ਦੇ ਪੁਰਾਣੇ ਮੈਂਬਰ ਹੋ, ਕੀ ਕਹਿਣਾ ਤੁਹਾਡਾ? ਦੇਖੋ ਜੀ, ਜ਼ਿੰਦਗੀ ਤਕਲੀਫਾਂ ਗਮਾਂ ਅਤੇ ਸੰਘਰਸ਼ ਨਾਲ ਭਰੀ ਹੋਈ ਆ। ਉਸ ਸੰਘਰਸ਼ ਦੌਰਾਨ ਕੁਛ ਛੋਟਾ ਜਿਹਾ ਸਮਾਂ ਇੱਥੇ ਘੰਟਾ ਅੱਧਾ ਘੰਟਾ ਜਿਹੜਾ ਰੋਜ਼ ਲੰਘ ਜਾਂਦਾ, ਹੱਸ ਖੇਡ ਲੰਘ ਜਾਂਦਾ। ਥੋੜ੍ਹੀ ਥੋੜ੍ਹੀ ਕਦੇ ਕਦੇ ਤਕਲੀਫ ਵੀ ਹੋ ਜਾਂਦੀ ਜਦੋਂ ਅਸੀਂ ਕਈ ਵਾਰੀ ਜਿਹੜੀਆਂ ਚੀਜ਼ਾਂ ਬੈਨ ਕੀਤੀਆਂ ਹੋਈਆਂ ਉਹਨਾਂ ਨੂੰ ਅਸੀਂ ਅਪਣਾਉਂਦੇ ਹਾਂ ਅਤੇ ਸਾਨੂੰ ਜੁਰਮਾਨੇ ਦੇ ਰੂਪ ਵਿੱਚ ਦੇਣੇ ਪੈਂਦੇ ਆ। ਉਹ ਥੋੜ੍ਹੀ ਤਕਲੀਫ ਵੀ ਆ, ਲੇਕਿਨ ਥੋੜ੍ਹਾ ਕੁੱਲ ਮਿਲਾ ਕੇ ਬਹੁਤ ਵਧੀਆ ਟਾਈਮ ਰਿਹਾ। ਭਾਅ ਜੀ ਤੁਹਾਡਾ ਕੀ ਕਹਿਣਾ? ਤੁਸੀਂ ਐਂ ਪੂਰਾ ਵਧੀਆ ਕਲੱਬ ਦੇ ਮੈਂਬਰ ਜਿੰਨੇ ਵੀ ਹੈ ਸਾਰੇ ਸ਼ਲਾਘਾਯੋਗ ਹੈ, ਕਿਉਂਕਿ ਜਿੰਨੇ ਵੀ ਸਾਰੇ ਹੱਸ ਖੇਡ ਕੇ ਟਾਈਮ ਪਾਸ ਕਰਦੇ ਹੈ, ਸਾਨੂੰ ਵੀ ਫਖਰ ਹੈ ਅਸੀਂ ਮੈਂਟਲ ਕਲੱਬ ਦੇ ਮੈਂਬਰ ਹੈ, ਜੋ ਵੀ ਰੈਸਟ ਹਾਊਸ ਕਲੱਬ ਦੇ ਵਿੱਚ ਵੀ ਜੋ ਵੀ ਫੰਕਸ਼ਨ ਕਰਦੇ ਹੈ ਸਾਰਿਆਂ ਦਾ ਦੁੱਖ ਸੋਚ ਸ਼ਾਮਲ ਹੁੰਦੇ ਹੈ। ਅੱਜ ਨਾਸ਼ਤਾ ਇੱਥੇ ਰੱਖਿਆ ਗਿਆ। ਗੌਤਮ ਜੀ, ਅੱਜ ਤੁਸੀਂ ਬੜਾ ਫਨ ਕਰ ਰਹੇ ਹੋ, ਸੰਡੇ ਅੱਜ, ਕੀ ਕਹਿਣਾ ਤੁਹਾਡਾ? ਜਿਹੜਾ ਇਹ ਕੀ ਮਾਹੌਲ ਕੀ ਬਣਾ ਰੱਖਿਆ ਤੁਸੀਂ? ਆਹ ਵੇਖੋ, ਸਾਰੇ ਚਾਹ ਪੀ ਰਹੇ ਆ ਅਤੇ ਨਾਲ ਹੀ ਸੈਂਡਵਿਚ ਬਣ ਰਹੇ ਆ, ਅਤੇ ਸਾਰਾ ਮਾਹੌਲ ਇੱਥੇ ਜਿਹੜਾ ਜਿੰਨਾ ਰਸੋਈ ਬਣੀ ਹੋਈ ਇੱਕ ਤਰ੍ਹਾਂ ਦੀ ਸਾਰੇ ਬਣਾ ਰਹੇ ਆ, ਅਤੇ ਸਾਰੇ ਬੰਦੇ ਆਪਸ ਵਿੱਚ ਰਲ ਮਿਲ ਕੇ ਸਾਰੀਆਂ ਤਿਆਰੀਆਂ ਕਰ ਰਹੇ ਆ, ਕੀ ਕਹਿਣਾ ਤੁਹਾਡਾ ਜੀ? ਧਨੋਆ ਸਾਹਿਬ, ਅਸੀਂ 30-35 ਦੋਸਤ ਹੈ ਜਿਹੜੇ ਰਲ ਕੇ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਹਾਂ। ਹਾਂ, ਅਸੀਂ ਪਹਿਲਾਂ ਸਾਰੇ ਸੁਭਾਅ ਕੇ ਇੱਥੇ ਸੈਰ, ਯੋਗਾ, ਐਕਸਰਸਾਈਜ਼, ਜਿਮ, ਸਾਈਕਲਿੰਗ ਕਰਦੇ ਹਾਂ। ਹਾਂ, ਇੱਕ ਦੂਜੇ ਨਾਲ ਹੱਸਦੇ ਖੇਡਦੇ ਹਾਂ, ਹਰ ਰੋਜ਼ ਡੇਲੀ ਦਾ ਕੰਮ ਹੈ ਜੀ। ਹਾਂਜੀ, ਇੱਕ ਦੂਜੇ ਸੁੱਖ ਦੁੱਖ ਸ਼ਰੀਕ ਹੁੰਦੇ ਹਾਂ ਅਸੀਂ। ਠੀਕ ਹੈ ਜੀ। ਅਸੀਂ ਕਹਿੰਦੇ ਹਾਂ ਸਿਹਤ ਸਭ ਤੋਂ ਅਨਮੁੱਲਾ ਰਤਨ ਹੈ, ਸਭ ਤੋਂ ਪਹਿਲਾਂ ਆਪਦੀ ਸਿਹਤ ਸਹੀ ਹੋਣੀ ਚਾਹੀਦੀ ਹੈ ਜੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਹੈ। ਉਸ ਤੋਂ ਬਾਅਦ ਅਸੀਂ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ, ਕਿਸੇ ਸੱਜਣ ਦੀ ਸਾਡੇ ਮੈਰਿਜ ਐਨਵਰਸਰੀ ਹੈ, ਬਰਥਡੇ ਹੈ, ਕਿਸੇ ਦੇ ਬੱਚੇ ਨੂੰ ਕੋਈ ਨੌਕਰੀ ਮਿਲੀ, ਐਡਮਿਸ਼ਨ ਮਿਲੀ ਹੈ ਜਾਂ ਫੋਰਨ ਗਿਆ, ਫੋਰਨ ਗਿਆ, ਅਸੀਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ, ਕਿਉਂਕਿ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਵੱਧਦੀਆਂ, ਅਤੇ ਸਾਨੂੰ ਬੜਾ ਆਨੰਦ ਆਉਂਦਾ। ਇੱਥੇ ਇਕੱਲਾ ਅਸੀਂ ਖਾਣ ਪੀਣ ਦਾ ਨਹੀਂ, ਸਾਰੇ ਜਿਹੜੀ ਸਰੀਰ ਨੂੰ ਕਾਇਮ ਰੱਖਣ ਲਈ, ਤੰਦਰੁਸਤ ਰਹਿਣ ਲਈ ਕਰਦੇ ਹਾਂ। ਅਸੀਂ ਸਾਰੇ ਸਮਾਜ ਨੂੰ ਬੇਨਤੀ ਵੀ ਕਰਦੇ ਹਾਂ ਵੀ ਘਰਾਂ 'ਚੋਂ ਨਿਕਲੋ, ਗੋਲੀਆਂ ਲੈ ਕੇ ਆਪਦਾ ਟਾਈਮ ਨਾ ਟਪਾਓ, ਸਰੀਰ ਦਾ ਜ਼ੋਰ ਲਾਓ, ਪਸੀਨਾ ਕੱਢੋ ਅਤੇ ਤੰਦਰੁਸਤੀ ਨਾਲ ਜ਼ਿੰਦਗੀ ਦੇ ਨਜ਼ਾਰੇ ਲਓ। ਫਨ ਕਰੋ, ਇਹ ਫਨ ਤੁਸੀਂ ਹਰ ਐਤਵਾਰ ਕਰਦੇ ਹੋ ਜੀ? ਐਤਵਾਰ ਸਾਡੀ ਪੱਕੀ ਪਾਰਟੀ ਹੁੰਦੀ ਹੈ ਅਤੇ ਚਾਹ ਪਾਰਟੀ ਸਾਡੀ ਡੇਲੀ ਹੁੰਦੀ ਹੈ। ਤੁਹਾਡੇ ਜਿਹੜੇ ਬਣੀ ਆ ਕਮੇਟੀ, ਇਹਦਾ ਮੈਂਬਰ ਕੌਣ, ਪ੍ਰਧਾਨ ਕੌਣ? ਅਸੀਂ ਸਾਰੇ ਇਹਦੇ ਮੈਂਬਰ ਹੈ, ਅਸੀਂ ਇਹਦਾ ਨਾਮ ਮੈਂਟਲ ਕਲੱਬ ਰੱਖਿਆ ਹੋਇਆ। ਇੱਥੇ ਆ ਕੇ ਸੁਬਹਾ ਸੈਰ, ਯੋਗਾ ਸਾਰਾ ਕੁਝ ਕਰਦੇ ਹੈਗੇ ਆ, ਇੰਜੋਏ ਕਰਦੇ ਆ, ਬਸ ਸੰਡੇ ਨੂੰ ਪੂਰਾ ਇੰਜੋਏ ਹੁੰਦਾ। ਹਾਂਜੀ ਪ੍ਰਧਾਨ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਸਵੇਰੇ ਸਵੇਰੇ ਯਾਰਾਂ ਦੋਸਤਾਂ ਵਿੱਚ ਬੈਠ ਕੇ ਗੱਪਸ਼ੱਪ ਮਾਰਨੀ, ਹੱਸ
ਸਕਦਾ ਕਰਨਾ ਇੱਕ ਜ਼ਿੰਦਗੀ ਦਾ ਤੋਹਫ਼ਾ ਹੈ ਜਿਹੜਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ ਅਸੀਂ ਬੜੇ ਭਾਗਾਂ ਵਾਲੇ ਕਿ ਸਾਨੂੰ ਇਹੋ ਜਿਹੇ ਯਾਰ ਦੋਸਤ ਮਿਲੇ ਇਹੋ ਜਿਹਾ ਮਾਹੌਲ ਮਿਲੇ ਇੰਨੇ ਖੂਬਸੂਰਤ ਬਾਗ ਦੇ ਵਿੱਚ ਅਸੀਂ ਸੈਰ ਕਰਦੇ ਹਾਂ ਹੱਸਦੇ ਖੇਡਦੇ ਹਾਂ ਇਹ ਇੱਕ ਕੁਦਰਤ ਵੱਲੋਂ ਮਤਲਬ ਨਿਆਮਤ ਹੈ ਜਿਹੜੀ ਸਾਨੂੰ ਮਿਲੀ ਹੈ ਅਤੇ ਅਸੀਂ ਇਹਦਾ ਇੰਜੋਏ ਕਰਦੇ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਇੱਕ ਗੌਤਮ ਜੀ ਜਿਹੜੀ ਮੇਨ ਗੱਲ ਹੈ ਵੀ ਤੁਸੀਂ ਸੰਡੇ ਨੂੰ ਜਿਹੜਾ ਇਹ ਕਰਦੇ ਹੋ ਨਾਲ ਖਾਣ ਪੀਣ ਕਰਦੇ ਹੋ ਇਹਦਾ ਫਿਰ ਖਰਚ ਕਿੱਦਾਂ ਹੁੰਦਾ ਇਹ ਖਰਚ ਸਾਡਾ ਸਾਂਝਾ ਹੁੰਦਾ ਹੈ ਜੀ ਸਾਡਾ ਰਲ ਮਿਲ ਕੇ ਭਰਾਵਾਂ ਦੇ ਕੋਈ ਖੁਸ਼ੀ ਆਵੇ ਬਰਥਡੇ ਐਨਵਰਸਰੀ ਪਰਮਿਸ਼ਨ ਕੋਈ ਬੱਚਾ ਬਾਹਰ ਜਾਂਦਾ ਹੈ ਉਹ ਖੁਸ਼ੀ ਨਾਲ ਆਪਦੇ ਵੱਲੋਂ ਯੋਗਦਾਨ ਦਿੰਦਾ ਹੈ ਅੱਜ ਯੋਗਦਾਨ ਸ਼੍ਰੀ ਜੀ ਸੇਠੀ ਜੀ ਵੱਲੋਂ ਹੈ ਅੱਜ ਸਾਡੀ ਭਾਬੀ ਦਾ ਜਨਮ ਦਿਨ ਹੈ ਇਹਨਾਂ ਨੇ ਸਾਨੂੰ 1400 ਰੁਪਏ ਦਿੱਤਾ ਅੱਜ ਦੇ ਇੰਜੋਇਮੈਂਟ ਕੀ ਬਾਤ ਹੈ ਕੀ ਧੰਨਵਾਦ ਜੀ ਮੈਂਟਲ ਕਲੱਬ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਠੀਕ ਹੈ ਜੀ ਤੇ ਇਹ ਕਲੱਬ ਤੁਸੀਂ ਰਜਿਸਟਰ ਨਹੀਂ ਕਰਾਉਣਾ ਚਾਹੁੰਦੇ ਨਹੀਂ ਕਰਾਉਣਾ ਨਹੀਂ ਓਕੇ ਰਜਿਸਟਰ ਦਾ ਕਰਾਉਣ ਲਈ ਜ਼ਿੰਦਗੀ 'ਚ ਖੁਸ਼ੀਆਂ ਤਾਂ ਘਟਾਉਣੀਆਂ ਪੈਂਦੀਆਂ ਠੀਕ ਹੈ ਜੇ ਤੂੰ ਜ਼ਿੰਦਗੀ ਨੇ ਇੰਜੋਏ ਕਰਨਾ ਹੈ ਤੁਸੀਂ ਇਸ਼ਕ ਕਰਨਾ ਹੈ ਤੁਸੀਂ ਯਾਰੀ ਕਰਨੀ ਹੈ ਫਿਰ ਤੁਹਾਨੂੰ ਮੈਂਟਲ ਹੋਣਾ ਪਊਗਾ ਠੀਕ ਹੈ ਜੀ ਬਹੁਤੇ ਸਿਆਣੇ ਬਣ ਕੇ ਜ਼ਿੰਦਗੀ ਦਾ ਇੰਜੋਏ ਨਹੀਂ ਹੁੰਦਾ ਹਾਂ ਠੀਕ ਹੈ ਜੀ ਆਪੋ ਦਾ ਜਣਾ ਪਤਾ ਸਾਰਿਆਂ ਨੂੰ ਰਲ ਮਿਲ ਕੇ ਸਾਰਾ ਜੁਆਇੰਟ ਵੈਂਚਰ ਹੈ ਆਪਣੇ ਆਪਣਾ ਯੋਗਦਾਨ ਪਾ ਕੇ ਆਪਣੇ ਆਪ ਹੀ ਕਹਿੰਦੇ ਲਓ ਜੀ ਅੱਜ ਮੇਰੇ ਵੱਲੋਂ।